ਅੱਜ ਦੇ ਸਾਡੇ ਮੁੱਖ ਮਹਿਮਾਨ ਸਰਜਨ ਮੇਜਰ ਸਿੰਘ ਜੀ ਜੌਹਲ, ਇੱਕ ਵਧੀਆ ਰਾਈਟਰ, ਇੱਕ ਵਧੀਆ ਫੋਟੋਗ੍ਰਾਫਰ ਵੀ ਹੈ। ਸ਼ੌਂਕ ਹੈ ਇਹਨਾਂ ਦਾ ਫੋਟੋ ਦਾ, ਬਹੁਤ ਹੀ ਇੰਟਰਨੈਸ਼ਨਲ ਪਰਸਨੈਲਿਟੀ ਸਰਦਾਰ ਸਰਦਾਰਾ ਸਿੰਘ ਜੌਹਲ ਦੇ ਬੇਟੇ, ਇਹ ਪ੍ਰਾਊਡ ਸਨ ਅਤੇ ਪ੍ਰਾਊਡ ਫਾਦਰ। ਗਿਵ ਹਿਮ ਏ ਬਿਗ ਹੈਂਡ ਫੋਰ ਯੂਰ ਅਰਨਿੰਗ ਮਾਈ ਰਿਸਪੈਕਟ। ਇਸ ਕਾਲਜ ਦੇ ਪ੍ਰਿੰਸੀਪਲ ਡਾਇਨਾਮਿਕ ਲੀਡਰ ਡਾਕਟਰ ਸਹਿਜਪਾਲ ਸਿੰਘ ਜੀ, ਸਾਡੇ ਐਮ ਬੀ ਏ ਐਚ ਓ ਡੀ ਸਰ ਪਰਮਪਾਲ ਸਿੰਘ ਜੀ, ਮਾਨਸਾ ਐਚ ਓ ਡੀ ਆਈ ਟੀ ਸਰ ਜਸਵੀਰ ਸਿੰਘ ਜੀ, ਅਤੇ ਮੇਰੇ ਪਿਆਰੇ ਸਾਹਮਣੇ ਬੈਠੇ ਟੀਚਰਸ, ਫੈਕਲਟੀ ਮੈਂਬਰਸ, ਅਤੇ ਪਿਆਰੇ ਬੱਚਿਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਤੁਹਾਡੇ ਲਈ ਬੜੇ ਮਾਣ ਦੀ ਗੱਲ ਹੈ ਕਿ ਤੁਸੀਂ ਉਸ ਇੱਕ ਮਹਾਨ ਇੰਸਟੀਟਿਊਸ਼ਨ ਦੇ ਵਿੱਚ ਆਪਣੀ ਜ਼ਿੰਦਗੀ ਦਾ ਜਿਹੜੀ ਹੈ ਅਗਲੇ ਜਿਹੜਾ ਭਵਿੱਖ ਸਿਰਜਣ ਦੇ ਲਈ ਇੱਕ ਵਧੀਆ ਕੈਰੀਅਰ ਦੀ ਸ਼ੁਰੂਆਤ, ਤੁਸੀਂ ਐਮ ਬੀ ਏ, ਬੀ ਬੀ ਏ, ਬੀ ਸੀ ਏ ਇਹਨਾਂ ਸਟ੍ਰੀਮ ਦੇ ਵਿੱਚ, ਇਸ ਕਾਲਜ ਦੇ ਵਿੱਚ ਅੱਜ ਤੁਸੀਂ ਦਾਖਲਾ ਲਿਆ। ਜਿਵੇਂ ਪਹਿਲਾਂ ਡਾਕਟਰ ਮਨਪ੍ਰੀਤ ਸੋਹਲ ਨੇ ਸਾਰੀ ਪ੍ਰੈਜੈਂਟੇਸ਼ਨ ਦੇ ਵਿੱਚ ਕਾਲਜ ਦੀ ਹਿਸਟਰੀ, ਕਾਲਜ ਦੀਆਂ ਪ੍ਰਾਪਤੀਆਂ, ਕਾਲਜ ਦੇ ਜਿਹੜੇ ਕਿਸਮ ਦੇ ਆਪਣੇ ਆਪ ਜਿਹੜੇ ਉਹਨਾਂ ਨੇ ਇੱਕ ਲੈਂਡਮਾਰਕ ਸਥਾਪਿਤ ਕੀਤੇ ਹੈ ਉਹਨਾਂ ਬਾਰੇ ਜ਼ਿਕਰ ਕੀਤਾ। ਡਾਕਟਰ ਸਹਿਜਪਾਲ ਸਿੰਘ ਉਹਨਾਂ ਨੇ ਵੀ ਜ਼ਿਕਰ ਕੀਤਾ। ਮੈਂ ਤਾਂ ਤੁਹਾਨੂੰ ਵਧਾਈ ਦੇਣਾ ਚਾਹੁੰਦਾ, ਤੁਹਾਡੇ ਪੇਰੈਂਟਸ ਨੂੰ ਵਧਾਈ ਦੇਣਾ ਚਾਹੁੰਦਾ ਕਿ ਅੱਜ ਦੀ ਇਸ ਦੌੜ 'ਚ ਜਦੋਂ ਪੰਜਾਬ ਦਾ ਨੌਜਵਾਨ ਖਾਸ ਕਰਕੇ ਬਾਹਰ ਦੀ ਉਡਾਰੀ ਮਾਰਨ 'ਚ ਹੀ ਆਪਣੀ ਪ੍ਰਾਪਤੀ ਸਮਝਦਾ ਹੈ, ਤੁਸੀਂ ਆਪਣਾ ਕੈਰੀਅਰ ਪੰਜਾਬ ਦੇ ਵਿੱਚ ਰਹਿ ਕੇ ਸਿਰਜਣ ਦਾ ਜਿਹੜਾ ਫੈਸਲਾ ਕੀਤਾ, ਇਹਦੇ ਲਈ ਤੁਸੀਂ ਵੀ ਵਧਾਈ ਦੇ ਪਾਤਰ ਹੋ, ਤੁਹਾਡੇ ਪੇਰੈਂਟਸ ਵੀ ਵਧਾਈ ਦੇ ਪਾਤਰ ਹੈ। ਕਿਉਂਕਿ ਹੁਣੇ ਜ਼ਿਕਰ ਕਰ ਰਹੇ ਸੀ ਪ੍ਰਿੰਸੀਪਲ ਸਾਹਿਬ, 86-87% ਦੇ ਕੱਟ ਆਫ ਸੀਗੇ। ਤੁਸੀਂ ਸਾਰੇ ਇੱਕ ਬ੍ਰਿਲੀਅੰਟ ਬੈਕਗਰਾਊਂਡ ਲੈ ਕੇ ਇਸ ਕਾਲਜ 'ਚ ਆਏ ਹੋ, ਇੱਕ ਵਧੀਆ ਪਾਸ ਜਿਹੜੀ ਤੁਹਾਡੀ ਪਰਸੈਂਟੇਜ ਤੁਹਾਡੇ ਕੋਲ ਹੈ, ਤੁਹਾਡੇ ਕੋਲ ਜਿਹੜਾ ਆਪਣੀ ਇੱਕ ਸਟਰੈਂਥ ਤੁਹਾਡੇ ਕੋਲ ਹੈ, ਇਸ ਕਾਲਜ ਦੀ ਜਿਹੜੀ ਸਟਰੈਂਥ ਹੈ ਉਹ ਤੁਹਾਡੇ ਸਾਹਮਣੇ ਪੇਸ਼ ਕੀਤੀ ਗਈ ਹੈ। ਇੱਕ ਵਧੀਆ ਇਨਵਾਇਰਮੈਂਟ ਤੁਹਾਨੂੰ ਇੱਥੇ ਪੜ੍ਹਨ ਦਾ, ਆਪਣੇ ਸਕਿੱਲ ਨੂੰ ਡਿਵੈਲਪ ਕਰਨ ਦਾ, ਆਪਣੀ ਟੈਲੈਂਟ ਨੂੰ ਐਕਸਪਲੋਰ ਕਰਨ ਦਾ, ਉਹਨੂੰ ਅੱਗੋਂ ਫਲਰਿਸ਼ ਕਰਨ ਦਾ, ਤੁਹਾਨੂੰ ਵੱਖ ਵੱਖ ਸਾਡੇ ਜਿਹੜੇ ਸਹਿਯੋਗ ਸਾਡੇ ਸਟਾਫ ਮੈਂਬਰਸ ਹੈ ਫੈਕਲਟੀ ਦੇ, ਉਹ ਤੁਹਾਨੂੰ ਮੌਕਾ ਦੇਣਗੇ ਕਿ ਤੁਸੀਂ ਜਿੱਥੇ ਪਿਛਲੇ 70 ਸਾਲਾਂ ਦੇ ਵਿੱਚ ਵੱਖ ਵੱਖ ਖੇਤਰ ਦੇ ਵਿੱਚ ਗੁਰੂ ਨਾਨਕ ਦੇਵ ਜੀ ਕਾਲਜ ਦੇ ਵਿਦਿਆਰਥੀਆਂ ਨੇ ਮੱਲਾਂ ਮਾਰੀਆਂ, ਭਾਵੇਂ ਉਹ ਸਿਵਲ ਦਾ ਖੇਤਰ ਹੈ, ਭਾਵੇਂ ਉਹ ਡਿਫੈਂਸ ਦਾ ਖੇਤਰ ਹੈ, ਭਾਵੇਂ ਉਹ ਕਾਰਪੋਰੇਟ ਖੇਤਰ ਹੈ, ਭਾਵੇਂ ਦੇਸ਼ ਵਿਦੇਸ਼ ਦੇ ਵਿੱਚ ਹੋਰ ਵੱਡੀਆਂ ਵੱਡੀਆਂ ਕੰਮਵਾਰ ਪੁਜੀਸ਼ਨਾਂ, ਉਹ ਜਿਹੜੀਆਂ ਪ੍ਰਾਪਤ ਕੀਤੀਆਂ ਉਹ ਮੈਂ ਸਮਝਦਾ ਉਹ ਤੁਹਾਡਾ ਇੱਕ ਅਨਮੋਲ ਵਿਰਸਾ, ਉਹ ਤੁਹਾਡੇ ਕੋਲ ਸੋਰਸ ਆਫ ਇੰਸਪੀਰੇਸ਼ਨ ਹੈ। ਜਦੋਂ ਤੁਸੀਂ ਉਹਨਾਂ ਅਲਿਮਨਾਈਜ਼ ਦੀਆਂ ਫੋਟੋਆਂ ਦੇਖੋਗੇ ਆਪਣੇ ਆਪਣੇ ਡਿਪਾਰਟਮੈਂਟ 'ਚ ਆ ਕੇ, ਤਾਂ ਤੁਹਾਨੂੰ ਮਾਣ ਮਹਿਸੂਸ ਹੋਏਗਾ ਕਿ ਤੁਸੀਂ ਇੱਕ ਬਹੁਤ ਵਧੀਆ ਇੰਸਟੀਟਿਊਸ਼ਨ ਚੁਣਿਆ। ਕਿਉਂਕਿ ਜੀ ਐੱਨ ਈ ਆਪਣੇ ਆਪ 'ਚ ਇੱਕ ਬ੍ਰਾਂਡ ਨੇਮ ਹੈ, ਦੁਨੀਆਂ ਦੇ ਜਿਸ ਕੋਨੇ 'ਚ ਜਾਓਗੇ ਤੁਹਾਨੂੰ ਜੀ ਐੱਨ ਈ ਦਾ ਪੜ੍ਹਿਆ ਲਿਖਿਆ ਪਾਸ ਆਊਟ ਹਰ ਖੇਤਰ ਦੇ ਵਿੱਚ ਤੁਹਾਨੂੰ ਮਿਲ ਜਾਏਗਾ, ਜਿਨ੍ਹਾਂ ਨੇ ਅੱਜ ਤੋਂ 60 ਸਾਲ ਪਹਿਲਾਂ ਡਿਗਰੀ ਕੀਤੀ, ਜਿਹਨਾਂ 50 ਸਾਲ ਪਹਿਲਾਂ ਡਿਗਰੀ ਕੀਤੀ, ਉਹ ਅੱਜ ਵੀ ਇਮੋਸ਼ਨਲੀ ਇਸ ਕਾਲਜ ਨਾਲ ਜੁੜੇ ਹੈ।
ਅੱਜ ਵੀ ਜਦੋਂ ਅਸੀਂ ਸਿਲਵਰ ਜੁਬਲੀ ਬੈਚ ਬੁਲਾਉਂਦੇ ਹਾਂ ਜਾਂ ਗੋਲਡਨ ਜੁਬਲੀ ਬੈਚ ਬੁਲਾਉਂਦੇ ਹਾਂ ਤਾਂ ਉਹ ਇੱਥੇ ਸਿਰਫ ਆਉਂਦੇ ਹੀ ਨਹੀਂ, ਵੱਡੀ ਵੱਡੀ ਕੰਟਰੀਬਿਊਸ਼ਨ ਆਪਣੇ ਇਸ ਇੰਸਟੀਟਿਊਸ਼ਨ ਲਈ ਉਹ ਕਰਕੇ ਜਾਂਦੇ ਆ। ਤੇ ਤੁਸੀਂ ਵੱਖ ਵੱਖ ਖੇਤਰਾਂ 'ਚ ਦੇਖੋਗੇ ਬਹੁਤ ਵਧੀਆ ਅਲੂਮਨਾਈ ਹਾਊਸ ਇੱਥੇ ਬਣਿਆ, ਹਰ ਸਾਲ ਮੀਟਿੰਗਾਂ ਹੁੰਦੀਆਂ। ਅੱਜ ਵੀ ਉਹ ਜਿਹੜੇ ਪੁਰਾਣੇ ਜਿਹੜੇ ਵਿਦਿਆਰਥੀ ਹੈ ਉਹ ਮਾਣ ਮਹਿਸੂਸ ਕਰਦੇ ਹਾਂ ਕਿ ਅਸੀਂ ਕਾਲਜ ਲਈ ਕੁਛ ਕਰ ਸਕੇ ਹਾਂ, ਕੁਛ ਕਾਲਜ ਨੂੰ ਜੋ ਅਸੀਂ ਇੱਥੋਂ ਪ੍ਰਾਪਤ ਕਰਕੇ ਜ਼ਿੰਦਗੀ 'ਚ ਮੱਲਾਂ ਮਾਰੀਆਂ ਅਤੇ ਕੁਝ ਅਸੀਂ ਥੋੜ੍ਹਾ ਬਹੁਤਾ ਵਾਪਸ ਵੀ ਕਾਲਜ ਨੂੰ ਦੇ ਸਕੀਏ। ਇਹ ਆਪਣੇ ਆਪ 'ਚ ਤੁਹਾਡੇ ਲਈ ਵੀ ਬੜਾ ਸੋਰਸ ਆਫ ਇੰਸਪੀਰੇਸ਼ਨ ਹੈ ਅਤੇ ਕਾਲਜ ਲਈ ਵੀ ਮਾਣ ਦੀ ਗੱਲ ਹੈ। ਤੋਂ ਪਹਿਲਾਂ ਜਿਵੇਂ ਮੈਂ ਪਹਿਲਾਂ ਹੀ ਦੱਸਿਆ ਜਾ ਚੁੱਕਾ ਹੈ ਕਿ ਜਦੋਂ ਤੁਸੀਂ ਇਸ ਕਾਲਜ 'ਚ ਐਂਟਰ ਕਰਦੇ ਹੋ ਤੁਹਾਡਾ ਇਹ ਪਹਿਲਾ ਦਿਨ ਨਹੀਂ ਹੈ, ਤੁਹਾਡੇ ਨਾਲ ਪੂਰਾ 100 ਸਾਲ ਦਾ ਵਿਰਸਾ, ਕਿਉਂਕਿ 1926 'ਚ ਨਨਕਾਣਾ ਸਾਹਿਬ ਐਜੂਕੇਸ਼ਨ ਕਮੇਟੀ ਦੀ ਜਿਹੜੀ ਸਥਾਪਨਾ ਹੋਈ ਸੀ 1925 'ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੱਖ ਬਣਨ ਤੋਂ ਬਾਅਦ, ਅਤੇ ਉਹ ਉਸ ਤੋਂ ਬਾਅਦ 1953 ਦੇ ਵਿੱਚ ਇੱਥੇ ਆ ਕੇ ਦੁਬਾਰਾ ਨਨਕਾਣਾ ਸਾਹਿਬ ਐਜੂਕੇਸ਼ਨ ਟਰੱਸਟ ਦੀ ਜਿਹੜੀ ਹੈ ਉਹ ਦੁਬਾਰਾ ਉਹਦਾ ਪੁਨਰਗਠਨ ਹੋਇਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਹਦੀ ਸਥਾਪਨਾ ਕੀਤੀ, ਆਪਣੇ ਕੋਰਪਸ ਫੰਡ ਦੇ ਤੌਰ 'ਤੇ ਸ਼੍ਰੋਮਣੀ ਕਮੇਟੀ ਨੇ ਉਦੋਂ ਡੋਨੇਟ ਕੀਤਾ, ਪੈਸਾ ਦਿੱਤਾ। ਅਤੇ ਮੈਂ ਸਮਝਦਾ ਕਿ ਇੱਕ ਬਹੁਤ ਵੱਡੀ ਜਿਹੜੀ ਇੱਕ ਉਸ ਵਕਤ ਦੇ ਸਾਡੇ ਦਾਨਸ਼ਵਰ ਲੀਡਰਾਂ ਦੀ, ਸਾਡੇ ਸੂਝਵਾਨ, ਸਾਡੇ ਜਿਹੜੇ ਕੌਮ ਦੇ ਆਗੂ ਸਨ, ਕਿ ਉਹਨਾਂ ਨੇ ਆਪਣੇ ਸਟੂਡੈਂਟਸ ਨੂੰ ਟੈਕਨੀਕਲੀ ਜਿਹੜਾ ਇੱਕ ਕੁਆਲੀਫਾਈ ਕਰਨ ਦੇ ਲਈ ਇਸ ਇੰਸਟੀਟਿਊਸ਼ਨ ਦੀ ਸਥਾਪਨਾ ਕੀਤੀ। 70% ਸੀਟਾਂ ਪੇਂਡੂ ਬੱਚਿਆਂ ਲਈ ਇੱਥੇ ਰਿਜ਼ਰਵ ਹੈ, ਅੱਜ ਵੀ ਰਿਜ਼ਰਵ ਹੈ। ਅੱਜ ਵੀ ਉਹਨਾਂ ਬੱਚਿਆਂ ਨੂੰ ਇੱਥੇ ਐਡਮਿਸ਼ਨ ਮਿਲ ਸਕਦੀ ਹੈ ਜਿਹੜੇ ਸ਼ਾਇਦ ਕਿਸੇ ਹੋਰ ਕਾਲਜ 'ਚ ਜਾਣ ਦੇ ਸਮਰੱਥ ਨਾ ਹੋਣ। ਫੀਸਾਂ ਵੀ ਵਾਜਬ, ਐਡਮਿਸ਼ਨ ਦਾ ਵੀ ਮਿਆਰ ਬਹੁਤ ਵਧੀਆ, ਇਹ ਸਾਰਾ ਕੁਝ ਤੁਹਾਨੂੰ ਜਦੋਂ ਇੱਥੇ ਮਿਲੇਗਾ ਅਤੇ ਜਦੋਂ ਤੁਸੀਂ ਬਾਕੀ ਕਾਲਜਾਂ ਜਾਂ ਪ੍ਰਾਈਵੇਟ ਯੂਨੀਵਰਸਿਟੀਆਂ ਨਾਲ ਕੰਪੈਰੀਜ਼ਨ ਕਰੋਗੇ ਕਿ ਕਿੰਨੀ ਵਧੀਆ ਕੁਆਲਿਟੀ। ਕਿਉਂਕਿ ਹਮੇਸ਼ਾ ਹੀ ਅਸੀਂ ਇੱਕ ਗੱਲ ਕਹਿੰਦੇ ਹੁੰਦੇ ਹਾਂ ਕਿ ਬਾਬੇ ਨਾਨਕ ਦਾ ਵਿਹੜਾ ਹੈ, ਜਿੱਥੇ ਭਾਈ ਲਾਲੋ ਪੜ੍ਹਾਉਂਦੇ ਆ ਅਤੇ ਭਾਈ ਲਾਲੋ ਦੀ ਔਲਾਦ ਇੱਥੇ ਪੜ੍ਹਦੀ ਹੈ। ਕਿਉਂਕਿ ਉਹ ਜਿਹੜੀ ਐਜੂਕੇਸ਼ਨ ਅਤੇ ਹੈਲਥ ਹੈ ਇਹ ਦੋ ਸਟੇਟ ਸਬਜੈਕਟ ਹੁੰਦੇ ਆ। ਸਰਕਾਰਾਂ ਦੀ ਡਿਊਟੀ ਹੁੰਦੀ ਹੈ ਕਿ ਉਹ ਆਪਣੇ ਨਾਗਰਿਕਾਂ ਨੂੰ ਵਧੀਆ ਸਿਹਤ ਸਹੂਲਤਾਂ ਦੇਣ, ਆਪਣੇ ਆਉਣ ਵਾਲੀ ਪਨੀਰੀ ਲਈ ਵਧੀਆ ਸਿੱਖਿਆ ਸਹੂਲਤਾਂ ਪੈਦਾ ਕਰਨ, ਪਰੰਤੂ ਸਰਕਾਰਾਂ ਨੇ ਇਹ ਹੱਥ ਖਿੱਚ ਲਏ ਅਤੇ ਜਿਹੜੀ ਐਜੂਕੇਸ਼ਨ ਵੀ ਅਤੇ ਹੈਲਥ ਵੀ ਇਹ ਕਾਰਪੋਰੇਟ ਦੇ ਬਿਜ਼ਨਸ ਮਾਈਂਡਡ ਲੋਕਾਂ ਦੇ ਵੱਸ ਪੈ ਗਈ। ਉਹਦਾ ਰਿਜ਼ਲਟ ਤੁਹਾਡੇ ਸਾਹਮਣੇ ਹੈ ਕਿ ਜਿਹੜਾ ਹੌਲੀ ਹੌਲੀ ਜਿਹੜੀ ਐਜੂਕੇਸ਼ਨ ਹੈ ਆਮ ਜਿਹੜੇ ਘਰਾਂ 'ਚ ਜੰਮੇ ਪਲੇ ਬੱਚੇ ਹੈ ਉਹਨਾਂ ਤੋਂ ਦੂਰ ਹੁੰਦੀ ਜਾ ਰਹੀ ਹੈ। ਆਮ ਘਰ ਦਾ ਬੱਚਾ ਤਾਂ ਸਬਰ ਨਹੀਂ ਕਰ ਸਕਦਾ ਕਿ ਜਿਸ ਮੈਂ ਵਧੀਆ ਸਕੂਲ 'ਚ ਐਡਮਿਸ਼ਨ ਲੈ ਸਕਾਂ, ਕਿਸੇ ਵਧੀਆ ਕਾਲਜ 'ਚ ਐਡਮਿਸ਼ਨ ਲੈ ਸਕਾਂ। ਪਰੰਤੂ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਨੇ ਨਨਕਾਣਾ ਸਾਹਿਬ ਐਜੂਕੇਸ਼ਨ ਟਰੱਸਟ ਦੀ ਅਗਵਾਈ 'ਚ ਇਹ ਆਪਣਾ ਮਿਆਰ ਅੱਜ ਵੀ ਕਾਇਮ ਰੱਖਿਆ। ਅੱਜ ਵੀ ਉਸ ਜਿਹੜੇ ਅੰਡਰ ਪ੍ਰਿਵਿਲੇਜ ਅਤੇ ਅਨਪ੍ਰਿਵਿਲੇਜ ਸੈਕਸ਼ਨ ਆਫ ਸੁਸਾਇਟੀ ਹੈ ਜਿਹੜੇ, ਉਹਨਾਂ ਦੇ ਬੱਚੇ ਅੱਜ ਵੀ ਬੜੇ ਮਾਣ ਦੇ ਨਾਲ ਇਸ ਕਾਲਜ 'ਚ ਐਡਮਿਸ਼ਨ ਲੈਂਦੇ ਹੈ ਅਤੇ ਅਫੋਰਡੇਬਲ ਜਿਹੜੀਆਂ ਫੀਸਾਂ ਬਹੁਤ ਘੱਟ ਨਾ ਮਾਤਰ, ਕਿਉਂਕਿ ਇਹ ਚੈਰੀਟੇਬਲ ਟਰੱਸਟ ਹੈ, ਇਹਦਾ ਪ੍ਰੋਫਿਟ ਜੇ ਕੋਈ ਹੁੰਦਾ ਹੈ ਤਾਂ ਉਹ ਕਾਲਜ 'ਤੇ ਜਾਂ ਸੰਬੰਧਿਤ ਜਿਹੜਾ ਸਕੂਲ ਹੈ ਜਾਂ ਇੰਸਟੀਟਿਊਸ਼ਨ ਹੈ ਉਸੇ 'ਤੇ ਲੱਗ ਜਾਂਦਾ। ਇਹ ਕੋਈ ਟਰੱਸਟ ਦੀ ਇਨਕਮ ਨਹੀਂ ਬਣਦੀ, ਨਾ ਹੀ ਕਿਸੇ ਟਰੱਸਟੀਆਂ ਦੀ ਨਿੱਜੀ ਇਨਕਮ ਹੈ। ਸਾਰੇ ਅਸੀਂ ਜਿੰਨੇ ਮੈਨੇਜਮੈਂਟ ਦੇ ਨੁਮਾਇੰਦੇ ਹਾਂ, ਭਾਵੇਂ ਉਹ ਟਰੱਸਟੀ ਹੈ, ਭਾਵੇਂ ਮੈਂ ਡਾਇਰੈਕਟਰ ਹੈ, ਭਾਵੇਂ ਸੈਕਟਰੀ, ਸਾਰੇ ਉਹ ਇੱਕ ਆਨਵੇਰੀ ਜਿਹੜੀ ਸੇਵਾ ਦੇ ਤੌਰ 'ਤੇ ਇਸ ਟਰੱਸਟ 'ਚ ਆਪਣਾ ਜਿਹੜਾ ਸਮੇਂ ਦਾ ਯੋਗਦਾਨ ਪਾ ਰਹੇ ਹਾਂ।
ਇਹ ਤੁਹਾਡੇ ਲਈ ਮਾਣ ਦੀ ਗੱਲ ਹੈ, ਤੁਸੀਂ ਇਸ ਇੰਸਟੀਟਿਊਸ਼ਨ 'ਚ ਆਏ ਹੋ ਅਤੇ ਮੈਂ ਚਾਹਾਂਗਾ ਕਿ ਅੱਜ ਤੋਂ 5 ਸਾਲ 10 ਸਾਲ 15 ਸਾਲ ਬਾਅਦ ਵੀ ਜਦੋਂ ਤੁਸੀਂ ਫਿਰ ਦੁਬਾਰਾ ਇਸ ਕਾਲਜ 'ਚ ਆਓ, ਕੁਛ ਨਾਮਣਾ ਕੱਟ ਕੇ ਕੁਛ ਬਣ ਕੇ ਅਤੇ ਫਿਰ ਤੁਸੀਂ ਇਸੇ ਮਾਣ ਦੇ ਨਾਲ ਇਸ ਕਾਲਜ ਦੇ ਆਪਣਾ ਆ ਕੇ ਕਹੋਗੇ ਕਿ ਆਈ ਐਮ ਦਾ ਪ੍ਰੋਡਕਟ ਔਫ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ। ਮੇਰੇ ਲਈ ਇਹੀ ਤੁਹਾਡੇ ਲਈ ਅਰਦਾਸ ਹੈ, ਇਹੀ ਆਸ ਹੈ ਅਤੇ ਇਹੀ ਸਾਨੂੰ ਪਰਮਾਤਮਾ ਕੇ ਮੈਂ ਜੋੜ ਕੇ ਅਰਦਾਸ ਕਰਦਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬਜਿੰਦਰ ਸਿੰਘ ਜੀ ਥਾਮੀ, ਜੋ ਕਿ ਸਾਡੇ ਨਨਕਾਣਾ ਸਾਹਿਬ ਐਜੂਕੇਸ਼ਨ ਟਰੱਸਟ ਦੇ ਵੀ ਪ੍ਰਧਾਨ ਹੈ, ਉਹਨਾਂ ਵੱਲੋਂ ਵੀ ਸਾਰੇ ਟਰੱਸਟੀਆਂ ਵੱਲੋਂ ਵੀ ਮੈਂ ਤੁਹਾਨੂੰ ਜਿੱਥੇ ਵਧਾਈ ਦਿੰਦਾ, ਤੁਹਾਡੇ ਪੇਰੈਂਟਸ ਨੂੰ ਉੱਥੇ ਤੁਹਾਨੂੰ ਸ਼ੁਭ ਸ਼ਾਮਾਂ ਵੀ ਦਿੰਦਾ। ਉੱਥੇ ਨਾਲ ਹੀ ਇਹ ਮੈਂ ਅਰਦਾਸ ਕਰਦਾ ਕਿ ਵਾਹਿਗੁਰੂ ਜਿਸ ਆਸੇ ਅਤੇ ਜਿਸ ਮਨਸ਼ਾ ਨੂੰ ਲੈ ਕੇ ਤੁਸੀਂ ਇਹ ਕੋਰਸ ਚੁਣੇ ਹੈ, ਉਹ ਤੁਸੀਂ ਸਫਲਤਾ ਦੇ ਨਾਲ, ਦ੍ਰਿੜਤਾ ਦੇ ਨਾਲ ਅਤੇ ਵਧੀਆ ਤਰੀਕੇ ਦੇ ਨਾਲ ਤੁਸੀਂ ਉਹਨੂੰ ਸਿਰੇ ਚੜਾਓ ਅਤੇ ਆਉਣ ਦੇ ਲਈ ਜਿੱਥੇ ਤੁਸੀਂ ਇਸ ਕਾਲਜ ਦਾ ਮਾਣ ਬਣੋਗੇ, ਉੱਥੇ ਆਪਣੇ ਪੇਰੈਂਟਸ ਦਾ ਵੀ ਮਾਣ ਬਣੋਗੇ, ਉੱਥੇ ਆਪਣੇ ਦੇਸ਼ ਦੇ ਕੌਮ ਦਾ ਵੀ ਮਾਣ ਬਣੋਗੇ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।